हेलो, मेरा नाम चौधरी रजिंदर निजर हैगा ते मैं पंडोरी निजरां दा जट हैगा। मैं बाइबल दा भी काफ़ी अभ्यास किया हैगा, न्यू टेस्टामेंट पुराना नहीं, ओल्ड टेस्टामेंट जिहड़ा हैगा ए डेडली पॉइजन टू द न्यू हैगा। ते ओदा ओदियां विचार तो पुराना जिहड़ा हैगा कहानियां सुन लो, पर जिहड़ा असल चीज़ हैगी ਉਹ ਨਿਊ ਟੈਸਟਮੈਂਟ ਹੈਗਾ। ਅਤੇ ਪਹਿਲਾਂ ਜੀਜ਼ਸ ਆਇਆ ਸੀਗਾ ਸਤਿਗੁਰੂ, ਅਤੇ ਫਿਰ ਸਤਿਗੁਰੂ ਨਾਨਕ ਦੇਵ ਜੀ ਆਏ। ਸਤਿਗੁਰੂ ਨਾਨਕ ਦੇਵ ਜੀ ਹੈਗੇ ਸੈਕਿੰਡ ਕਮਿੰਗ ਆਫ ਜੀਜ਼ਸ। ਅਤੇ ਉਹ ਜੀਜ਼ਸ ਦੱਸ ਗਿਆ ਸੀਗਾ ਵੀ ਮੈਂ ਮੇਰੇ ਤੋਂ ਬਾਅਦ ਇੱਕ ਹੋਰ ਆਏਗਾ, ਉਹ ਆਏਗਾ ਈਸਟ 'ਚ, ਉੱਥੇ ਲਾਈਟ ਤਾਂ ਉੱਥੋਂ ਚੱਲੂਗੀ, ਸ਼ੁਰੂ ਹੋਏਗੀ, ਲੇਕਿਨ ਉੱਥੇ ਨਹੀਂ ਚਮਕੇਗੀ, ਕਿ ਉੱਥੇ ਉਹਦਾ ਉਸ ਲਾਈਟ ਦਾ ਕੋਈ ਐਪਰੀਸ਼ੀਏਸ਼ਨ ਨਹੀਂ ਕਰੇਗਾ, ਅਪਣਾਏਗਾ ਨਹੀਂ ਉਸਨੂੰ। ਉੱਥੇ ਪੈਸਾ, ਕਹਿੰਦੇ ਇਹ ਕੰਮ ਕਰਾਂਗੇ ਤਾਂ ਪੈਸਾ ਕੀ ਮਿਲੂਗਾ, ਜਦੋਂ ਅਕਾਲ ਪੁਰਖ ਦਾ ਕੰਮ ਕਰੀਏ ਉਦੋਂ ਪੈਸਾ ਨਹੀਂ ਲਈਦਾ ਹੈਗਾ। ਜਿਹੜਾ ਆਦਮੀ ਆ ਜਾਂਦੇ ਨਾ ਗੁਰਦੁਆਰੇ 'ਚ ਕੀਰਤਨ ਕਰਦੇ ਨੇ ਜਾਂ ਹੋਰ ਉੱਥੇ ਆ ਕੇ ਪ੍ਰਚਾਰ ਕਰਦੇ ਨੇ, ਅਤੇ ਫਿਰ ਉਹ ਲੋਕ ਪੈਸੇ ਦਿੰਦੇ ਨੇ ਅਤੇ ਪੈਸੇ ਚੱਕ ਕੇ ਬੋਝੇ 'ਚ ਪਾਉਂਦੇ ਨੇ, ਉਹ ਕਸਾਦ ਹੈਗੇ ਨੇ, ਉਹ ਹਰਾਮੀ ਹੈਗੇ ਨੇ, ਉਹ ਲੁਟੇਰੇ ਨੇ। ਉਹਨਾਂ ਤੋਂ ਨਹੀਂ ਕੁਛ ਤੁਹਾਨੂੰ ਗਿਆਨ ਮਿਲਣਾ, ਮਨਮੁੱਖ ਹੈਗੇ ਉਹਨਾਂ ਨੇ ਤਾਂ ਮਾਖਿਓਂ ਮਿੱਠੀਆਂ ਗੱਲਾਂ ਸੁਣਾਉਣੀਆਂ। ਕੂੜ ਮਿੱਠਾ, ਕੂੜ ਮਾਖਿਓਂ ਮਿੱਠਾ, ਕੂੜ ਡੋਬੇ ਪੂਰ, ਜਿੱਦਾਂ 1984 'ਚ ਪੂਰ ਡੁੱਬਿਆ ਹੈਗਾ, 1947 'ਚ ਡੁੱਬਿਆ ਹੈਗਾ। ਉਹ ਜਿਹੜਾ ਪ੍ਰਚਾਰ ਕਰਨਾ ਉਹ ਤਾਂ ਲਾਂਭੇ ਹੋਏ ਆਪਣੇ ਪੈਸੇ ਲੈ ਕੇ, ਤਾਂ ਉਹ ਮਜ਼ੇ ਕਰਦਾ ਪਲੰਗ 'ਤੇ ਸੌਂਦਾ ਹੈਗਾ, ਅਤੇ ਬੜਾ ਉਹਨੇ ਘਰ ਬਣਾਇਆ ਵੱਡਾ ਸਾਰਾ, ਅਤੇ ਕਾਰ ਰੱਖੀ ਹੋਈ ਹੈਗੀ ਆਉਣ ਜਾਣ ਨੂੰ। ਅਤੇ ਜਿਹੜਾ ਦਿੰਦਾ ਹੈਗਾ ਪੈਸੇ ਵਿਚਾਰਾ ਗਰੀਬ ਕਿਸਾਨ, ਉਹ ਟੁੱਟੀ ਮੰਜੀ 'ਤੇ ਸੌਂਦਾ ਹੈਗਾ, ਉਹਦੀ ਕੋਈ ਜ਼ਮੀਰ ਥੋੜ੍ਹੀ ਹੈਗੀ, ਉਸ ਮਨਮੁੱਖ ਦੀ ਕੋਈ ਨਹੀਂ ਹੈਗੀ। ਇਸ ਕਰਕੇ ਸੁਰਤੀ ਨਾਲ ਵੇਖੋ ਅਗਲੇ ਨੂੰ, ਦੇਖੀ ਦਾ ਨਹੀਂ ਹੁੰਦਾ, ਦੇਖਣ ਨੂੰ ਤਾਂ ਉਹ ਚੰਗੇ ਰੇਸ਼ਮੀ ਕੱਪੜੇ ਪਾਊਗਾ ਮਨਮੁੱਖ, ਬਹੁਤ ਆਪਣਾ ਪਹਿਰਾਵਾ ਉੱਪਰ ਇੱਥੇ ਲਾਊਗਾ, ਆਪਣੇ ਦੂਆ ਚੱਕਰ ਚੁੱਕਰ ਲਾ ਲਏਗਾ, ਜਿੱਦਾਂ ਖਾਲਸਾ ਹੁੰਦਾ ਹੈਗਾ। ਉਹਨੂੰ ਕਹੋ ਵੀ ਖਾਲਸਾ ਤਾਂ ਹੁੰਦਾ ਜਦੋਂ ਬਣਿਆ ਸੀ, ਉਦੋਂ ਤੋਂ ਉਹਨਾਂ ਨੇ ਆਪਣੇ ਸਿਰ ਲਹਾਇਆ ਸੀਗਾ, ਸਿਰ ਉਹਨਾਂ ਨੇ ਸਟੇਜ 'ਤੇ ਉਹਨਾਂ ਦੇ ਸਿਰ ਕੱਟੇ ਸੀਗੇ, ਤੰਬੂ 'ਚ ਨਹੀਂ ਲੈ ਕੇ ਗਿਆ, ਤੰਬੂ ਚੋਰ ਲੈ ਕੇ ਜਾਂਦਾ। ਅੱਜ ਤੁਸੀਂ ਦੇਖ ਲਓ ਕਰਕੇ ਕਿਸੇ ਨਾਲ ਗੱਲ ਕਿ ਉਹਨਾਂ ਨੇ ਸਟੇਜ 'ਤੇ ਕੱਟੇ ਸੀਗੇ। ਇੱਕ ਦੋਰੀ ਮੈਂ ਕੀਤਾ ਨਾ, ਜਿਹੜਾ ਸਿੱਖ ਜਿਹੜੇ ਕਹਿੰਦੇ ਟੈਲੀਵਿਜ਼ਨ ਵਾਲੇ, ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਉਹਨਾਂ ਨੇ ਪੰਜਾਂ ਦੇ ਸਟੇਜ 'ਤੇ ਸਿਰ ਲਾਏ ਸੀਗੇ। ਨਹੀਂ ਜੀ ਨਹੀਂ, ਉੱਥੇ ਦੇਖਿਆ ਹੋਇਆ ਆਪਣੇ ਵੀ ਉਹਦੇ ਇਹਨਾਂ ਨੇ ਤੰਬੂ 'ਚ ਲੈ ਕੇ ਗਏ ਨੇ, ਸਟੇਜ 'ਤੇ ਨਹੀਂ ਲਾਏ ਗਏ ਸਿਰ। ਬੜਾ ਸੋਹਣਾ ਚੋਰ ਕਰਦਾ ਕੰਮ ਉਹਨਾਂ ਦੇ। ਜਦੋਂ ਫਿਰ ਇੱਕ ਦਾ ਧੜ ਅਤੇ ਦੂਜੇ ਦਾ ਸਿਰ ਸੀਤਾ ਸੀ, ਫਿਰ ਅੰਮ੍ਰਿਤ ਨਾਲ ਉਹਨਾਂ ਜੋਤ ਕੀਤਾ ਸੀ, ਉਹ ਅੰਮ੍ਰਿਤ ਦੀ ਸੀਗੀ ਤਾਕਤ, ਉਹ ਅੰਮ੍ਰਿਤ ਦੇਖ ਕੇ ਤਾਕਤ, ਫਿਰ ਲੋਕਾਂ ਨੇ ਧੜਾ ਧੜ ਅੰਮ੍ਰਿਤ ਛਕਿਆ ਸੀਗਾ, ਤਦ ਉਹਨਾਂ ਨੇ ਆਪਣੇ ਸੀਸ ਦਿੱਤੇ ਸੀਗੇ। ਅਤੇ ਅੱਜ ਤਾਂ ਹੁਣ ਇੱਟ ਪੱਟੀ ਨਿਕਲੇ ਆਉਂਦਾ ਗਧਾ ਖਾਲਸਾ, ਨਾਨਕ ਅਤੇ ਨਰ ਅਸਲ ਖਾਰ ਜੀ ਬਿਨ ਗੁਣ ਗਰਭ ਗ੍ਰੰਥ। ਇਸੇ ਕਰਕੇ ਜਦੋਂ ਸਟੇਜ 'ਤੇ ਨੇ ਉਦੋਂ ਉਹਨਾਂ ਨੇ ਕੀਤਾ ਸੀਗਾ, ਇੱਕ ਗਧੇ 'ਤੇ ਸ਼ੇਰ ਦੀ ਖਾਲ ਪਾਈ ਸੀਗੀ, ਅਤੇ ਜਦੋਂ ਗਧਾ ਹਿਣਕਿਆ ਉਦੋਂ ਸੰਗਤ ਨੇ ਪੁੱਛੇ ਕਿ ਜੀ, ਕਹਿੰਦੇ ਇੱਕ ਦਿਨ ਆਊਗਾ ਜਦੋਂ ਕਹਿਣਗੇ ਆਪਣੇ ਆਪ ਨੂੰ ਖਾਲਸੇ ਪਰ ਹੋਣਗੇ ਗਧੇ, ਨਾਨਕ ਦੇ ਨਾਲ ਅਸਲ ਖਰ ਜੇ ਬਿਲਕੁਲ ਰੱਬ ਗ੍ਰੰਥ, ਨਾਨਕ ਦੇ ਉਹ ਵਾਕ ਜਿਹੜੇ ਉਹਨਾਂ ਨੇ ਉੱਥੇ ਦੱਸੇ। ਇਸ ਕਰਕੇ ਉਹ ਸਿੱਖ ਜਿਹਨੂੰ ਕੋਈ ਸਿੱਖਿਆ ਨਾ ਹੋਵੇ ਤਾਂ ਕਹਿ ਮੈਂ ਸਿੱਖ ਹੈਗਾ, ਉਹ ਖਾਲਸਾ ਜਿਹੜਾ ਘਰ 'ਚ ਬੈਠਾ ਹੈਗਾ ਉਹਨੇ ਅੰਮ੍ਰਿਤ ਛੱਕ ਲਿਆ ਹੈਗਾ। ਕਿੱਥੇ ਛਕਿਆ? ਗੁਰਦੁਆਰੇ ਤਖਤਾਂ 'ਤੇ ਛਕੀਦਾ ਹੈਗਾ।
ਗੁਰਦੁਆਰੇ ਤੋਂ ਆਏ ਨਹੀਂ ਹੈਗੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ, ਉਹਨਾਂ ਨੇ ਅਕਾਲ ਤਖ਼ਤ ਨਹੀਂ ਗਏ ਅਤੇ ਨਾ ਉੱਥੇ ਹਰਿਮੰਦਰ ਸਾਹਿਬ ਗਏ ਨੇ, ਕਿਉਂ ਉੱਥੇ ਕੋਈ ਉਹਨਾਂ ਦਾ ਕੰਮ ਨਹੀਂ ਸੀਗਾ। ਤੀਜਾ ਪੰਥ ਹੈਗਾ ਉਹਨਾਂ ਦਾ, ਤੀਜੇ ਪੰਥ ਦਾ ਕਰੂਰਾ ਸਿੱਖਾਂ ਨਾਲ ਨਹੀਂ ਰਲਦਾ ਅਤੇ ਨਾ ਹੀ ਰਲਦਾ ਉਹਦਾ ਨਿਰਮਲ ਸੰਤਾਂ ਨਾਲ ਰਲਦਾ, ਚੌਥੇ ਪਦ ਦੇ ਆਦਮੀਆਂ ਦੇ, ਉਹਨਾਂ ਦਾ ਕਰੂਰਾ ਰਲਦਾ ਪਹਿਲੇ ਹਿੰਦੂ ਪੰਥ ਦੇ ਨਾਲ। ਅਤੇ ਇਸ ਤਰ੍ਹਾਂ ਹੈਗਾ ਕਿ ਲੋਕ ਆਪਣੀਆਂ ਬਣਾ ਲੈਂਦੇ ਨੇ ਕਹਾਣੀਆਂ ਕਹਾਣੀਆਂ, ਇਹ ਸਾਰੀਆਂ ਚੀਜ਼ਾਂ ਬੜੀ ਲੌਜੀਕਲ ਹੈਗੀਆਂ ਨੇ, ਜੇ ਤੁਸੀਂ ਲੌਜਿਕ ਸਿੱਖੋਗੇ ਤਾਂ ਤੁਹਾਨੂੰ ਪੱਲੇ ਪਊਗਾ। ਬਾਕੀ ਹੈਗਾ ਜਿਹੜੇ ਲੋਕ ਵੈਸਟ 'ਚ ਹੈਗੇ ਨੇ, ਜੇ ਉਹਨਾਂ ਨੂੰ ਚਾਹੀਦਾ ਹੋਵੇ ਤਾਂ ਮੈਂ ਜਿਹੜਾ ਹੈਗਾ ਸਿੱਖੀ ਦਾ ਪ੍ਰਚਾਰ ਜਿਹੜਾ ਹੈਗਾ, ਇਹ ਜਿਹੜੇ ਕ੍ਰਿਸਚੀਅਨ ਆਪਣੇ ਆਪ ਨੂੰ ਕਲਾਉਂਦੇ ਨਾ, ਇਹਨਾਂ ਨੂੰ ਮੈਂ ਇਹਨਾਂ ਦੇ ਜਿਹੜਾ ਕ੍ਰਿਸਚੈਨਿਟੀ ਦੇ ਪੈਰਾਬਲ ਦੇ ਹਿਸਾਬ ਨਾਲ ਸਿੱਖੀ ਸਮਝਾ ਸਕਦਾ ਹੈਗਾ। ਯਾਨੀ ਕਿ ਦੱਸਾਂਗਾ ਸਤਿਗੁਰੂ ਨਾਨਕ ਦੇਵ ਜੀ ਦੇ ਬਾਰੇ, ਪਰ ਲੈਂਗੁਏਜ ਯੂਜ ਕਰਾਂਗਾ ਇਹਨਾਂ ਦੀ ਬਾਈਬਲ ਦੀ, ਇਹਨਾਂ ਦੀ ਬਾਈਬਲ ਵਿੱਚੋਂ ਕੋਟ ਕਰਾਂਗਾ ਵੀ ਆਹ ਇੱਥੇ ਹੈਗਾ, ਆਹ ਇੱਥੇ ਲੱਗਦਾ ਹੈਗਾ। ਜਿੱਦਾਂ ਹੈਗਾ ਨਾ ਪੈਰਾਬਲ ਆਫ ਦੀ ਸੋਅਰ ਹੈਗਾ, ਸਮ ਸੀਡ ਫੈਲ ਔਨ ਫਲੈਟ ਗਰਾਊਂਡ, ਉਹ ਹੈਗਾ ਬੇਮੁੱਖ ਜਿਹੜੇ ਲੋਕ ਹੁੰਦੇ ਨੇ ਉਹਨਾਂ ਲਈ ਹੈਗਾ, ਸੋਚਿਆ ਸੋਚਣਾ ਹੋਈ ਜੇ ਸੋਚੀ ਲਖਵਾਰ, ਐਂਡ ਸਮ ਸੀਡ ਫੈਲ ਔਨ ਰੋਕੀ ਸੋਇਲ, ਰੋਕੀ ਸੋਇਲ ਹੈਗੇ ਜਿਹੜੇ ਦੋ ਚਿੱਤੇ ਹੈਗੇ ਨੇ, ਅਕਾਲ ਪੁਰਖ ਨੂੰ ਜਾਵਾਂ ਜਾਂ ਮਾਇਆ ਨੂੰ ਜਾਵਾਂ। ਭਗਤ ਕਬੀਰ ਜੀ ਕਹਿੰਦੇ ਮਨ ਤੋਂ ਏਕ ਹੈ ਚਾਹੇ ਵਿਸ਼ੇ ਕਮਾ ਚਾਹੇ ਘਰ ਭਗਤੀ ਰਾਮ ਕੀ, ਉਹ ਜਿਹੜੇ ਦੋ ਚਿੱਤੇ ਹੈਗੇ ਨੇ ਉਹ ਰੋਕੀ ਸੋਇਲ ਹੈਗੇ ਨੇ। ਅਤੇ ਤੀਜੇ ਹੈਗੇ ਨੇ ਗੁਰਮੁਖ, ਉਹ ਹੁੰਦੇ ਨੇ ਜਿਹੜੇ ਆਪਣੇ ਜਦੋਂ ਬੋਲਦੇ ਨੇ ਉਦੋਂ ਗੁਰ ਦੇ ਹਿਸਾਬ ਨਾਲ ਬੋਲਦੇ, ਲੌਜੀਕਲ ਰੀਜਨਿੰਗ ਦੇ ਹਿਸਾਬ ਨਾਲ ਬੋਲਦੇ ਨੇ, ਆਲ ਪਤਾਲ ਨਹੀਂ ਬੋਲਦੇ। ਅਤੇ ਉਹਨਾਂ ਨੂੰ ਜਿਹੜਾ ਹੈਗਾ ਇਹ ਘਰੇਲੂ ਕੰਮ ਇਹ ਇਹਨਾਂ ਨੂੰ ਮੋਹ ਕਹਿ ਲਓ ਇਹਨੂੰ, ਇਹ ਜਿਹੜਾ ਇਹ ਰੋਕ ਪਾਉਂਦਾ ਹੈਗਾ। ਇਹ ਹੈਗੀ ਸੋਇਲ ਐਂਡ ਇਟ ਦੀ ਪਲਾਂਟ ਗਰੂ ਅਪ ਬਟ ਦੀ ਵੀਡਸ ਚੋਕਡ ਦੀ ਫਰੂਟ, ਵੀਡ ਜਿਹੜੀਆਂ ਘਰੇਲੂ ਕੰਮ ਹੈਗੇ ਨੇ। ਐਂਡ ਸਮ ਸੀਡ ਫੈਲੋ ਨੇ ਸੋਇਲ ਫਰੀ ਆਫ ਵੀਡਸ ਸੋਇਲ ਉਹ ਹੈਗੀ ਜਦੋਂ ਆਪਾਂ ਵਿਲਡਰਨੈਸ ਵਿੱਚ ਚਲੇ ਜਾਈਦਾ, ਘਰ ਬਾਰ ਛੱਡ ਦੇਈਦਾ ਹੈਗਾ, ਘਰ ਬਾਰ ਛੱਡ ਕੇ ਸਾਧੂ ਬਣ ਜਾਂਦਾ ਜਿਹੜਾ ਆਦਮੀ, ਸਾਧੂ ਜਿਹੜਾ ਹੈਗਾ ਉਹ ਹੈਗਾ ਸੋਇਲ ਵਿਦਆਊਟ ਵੀਡ। ਅਤੇ ਉਹਦੇ 'ਚ ਜਦੋਂ ਉਹ ਦਾਣਾ ਪਿਆ ਨਾਮ ਦਾ, ਉਹਨੇ 100% ਪ੍ਰੋਡਿਊਸ ਕੀਤਾ ਮੈਕਸੀਮਮ। ਇਸ ਕਰਕੇ ਸਾਧੂ ਉਹ ਹੁੰਦਾ ਜਿਹੜਾ ਮਾਇਆ ਨੂੰ ਨੱਥ ਲਾਵੇ, ਆਹ ਜਿਹੜੇ ਪਾ ਲੈਂਦੇ ਪੱਗਵੇਂ ਕੱਪੜੇ ਦੇ ਮਾਇਆ 'ਚ ਲਿਬੜੇ ਫਿਰਦੇ ਨੇ, ਇਹ ਸਾਧੂ ਨਹੀਂ ਹੈਗੇ, ਇੱਕ ਸੰਤ ਹੈਗੇ ਨੇ, ਅੰਮ੍ਰਿਤਸਰ ਦੇ ਠੱਗ ਹੈਗੇ ਨੇ, ਇਹਨਾਂ ਤੋਂ ਬਚ ਕੇ ਰਹੋ। ਅਤੇ ਜਿਹੜੀ ਸਾਰੀ ਹੈਗੀ ਨਾ ਆਪਣੀ ਕ੍ਰਿਸਚੈਨਿਟੀ ਦਾ ਪਹਿਲਾ ਸਤਿਗੁਰੂ ਜੀਜ਼ਸ ਹੈਗਾ, ਜੇ ਤੁਸੀਂ ਇਹਦੀ ਬਾਈਬਲ ਸਮਝੋਗੇ ਉਹ ਆਸਾਨ ਹੈਗੀ ਸਮਝਣੀ, ਜਦੋਂ ਸਮਝੋਗੇ ਫਿਰ ਤੁਸੀਂ ਇਹਨਾਂ ਨੂੰ ਸਿੱਖੀ ਸਮਝਾ ਸਕਦੇ ਹੈ। ਜੇ ਤੁਹਾਡੇ ਉਹ ਬਾਈਬਲ ਨਹੀਂ ਸਮਝ ਵਿੱਚ ਪੈਂਦੀ ਸਿੱਖੀ ਨਹੀਂ ਸਮਝਾ ਸਕਦੇ, ਜਦੋਂ ਬਾਈਬਲ ਉਹਨਾਂ ਨੂੰ ਸਮਝਾਓਗੇ ਫਿਰ ਤੁਸੀਂ ਉਹਨਾਂ ਨੂੰ ਤਸੱਲੀ ਹੋ ਜਾਊਗੀ ਵੀ ਜੋ ਤੁਸੀਂ ਕਹਿੰਦੇ ਆ ਉਹ ਮੀਨਿੰਗਫੁੱਲ ਹੈਗਾ, ਕਿ ਉਹ ਤੁਸੀਂ ਰਿਲੇਟ ਕਰਦੇ ਇੱਕ ਦੂਜੇ ਨੂੰ। ਅਤੇ ਹਰ ਇੱਕ ਚੀਜ਼ ਜਿਹੜੀ ਕਿ ਬਾਣੀ 'ਚ ਹੈਗੀ ਉਹੀ ਚੀਜ਼ ਹੈਗੀ ਜਿਹੜੀ ਕਿ ਬਾਈਬਲ 'ਚ ਹੈਗੀ। ਬਸ ਇੰਨਾ ਇਹ ਤੁਹਾਨੂੰ ਸਮਝਣਾ ਪੈਣਾ ਵੀ ਉਹਦੇ 'ਚ ਬਾਈਬਲ ਦਾ ਜਿਹੜਾ ਹੈਗਾ ਜਾਂ ਸਿੱਖੀ ਦਾ ਹੈਗਾ, ਜਿਹੜੀਆਂ ਚਾਰ ਰੂਹ ਦੀਆਂ ਹਾਲਤਾਂ ਹੈਗੀਆਂ, ਬਿਰਤੀਆਂ, ਹੋਮੇ ਮਨ ਬੁੱਧੀ ਦੇ ਚਿੱਤ ਬਿਰਤੀ, ਇਹਦਾ ਗਿਆਨ ਹੋਣਾ ਚਾਹੀਦਾ ਤੁਹਾਨੂੰ।
ਇਹ ਗਿਆਨ ਜਿਹੜਾ ਹੈਗਾ ਗੁਰਦੁਆਰੇ 'ਚ ਨਹੀਂ ਦਿੱਤਾ ਜਾਂਦਾ। ਇਹਨਾਂ ਨੂੰ ਪੁੱਛ ਲਓ ਜਾ ਕੇ ਗੁਰਦੁਆਰੇ 'ਚ, ਮੈਂ ਉਹਨੇ ਜਦੋਂ ਕਹਿੰਦਾ ਸਿੱਖ ਨਾਦੀ ਰੂਪ ਹੈਗਾ, ਬਿੰਦੀ ਰੂਪ ਨਹੀਂ ਹੈਗਾ, ਅਤੇ ਮੈਨੂੰ ਕਹਿੰਦੇ ਨਾਦੀ ਕਿਤੇ ਬਿੰਦੀ ਕੀ ਹੁੰਦਾ ਹੈਗਾ, ਅਤੇ ਉਹ ਸਿੱਖ ਕਾਹਦੇ ਨੇ ਫਿਰ, ਜੇ ਉਹਨਾਂ ਇਹਨਾਂ ਵੀ ਪਤਾ ਵੀ ਨਾਦੀ ਬਿੰਦੀ ਕੀ ਹੈਗਾ। ਉਸੇ ਪੱਗ ਬੰਨ੍ਹ ਕੇ ਚਲੇ ਜਾਂਦੇ ਤਾਂ ਉੱਥੇ ਰੋਟੀ ਖਾ ਜਾਂਦੇ ਤਾਂ ਆਪਣੇ ਘਰ ਨੂੰ ਆ ਗਏ ਜੀ, ਮੈਂ ਗੁਰਦੁਆਰੇ ਹੋ ਰਿਹਾ ਹੈ। ਇਹ ਕੋਈ ਗੁਰਦੁਆਰਾ ਥੋੜ੍ਹਾ ਹੈਗਾ ਜੀ, ਇਹ ਤਾਂ ਜਦੋਂ ਜਿੱਦਾਂ ਹੁਣ ਅਮਰੀਕਾ 'ਚ ਹੋਏ ਨੇ, ਉੱਥੇ ਦੋ ਤਿੰਨ ਹਾਸੇ ਦੋ ਕੁ ਹਾਸੇ ਹੋਏ ਨੇ ਜਿਹੜੇ ਸੀਗੇ ਆਪਣੇ ਅਮੈਰੀਕਨ, ਉਹਨਾਂ ਨੇ ਮਾਰੇ ਨੇ ਵੀ ਇਹ ਵੀ ਪਬਲਿਕ ਬਣੇ, ਇਹ ਵੀ ਤਾਲਿਬਾਨ ਹੈਗੇ ਨੇ। ਹੁਣ ਉਹਨਾਂ ਨੂੰ ਜੇ ਤੁਸੀਂ ਦੱਸਿਆ ਹੁੰਦਾ ਵੀ ਸਿੱਖ ਹੈਗੀਆਂ, ਕੁਛ ਸਿੱਖਿਆ ਹੈਗਾ, ਤਦ ਉਹ ਹਾਸੇ ਨਾ ਹੁੰਦੇ। ਇਸ ਕਰਕੇ ਸਤਿਗੁਰੂ ਨਾਨਕ ਜੀ ਨੇ ਕਿਹਾ ਹੈਗਾ, ਦੱਦਾ ਦੋਸ਼ ਨਾ ਦੀਜੀਏ, ਦੋਸ਼ ਕਰਮੀ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੀਏ ਅਵਰ ਜਨਾ। ਇਹ ਤੁਸੀਂ ਜਿਹੜਾ ਨਾ ਦੋਸ਼ ਦਿੰਦੇ ਵੀ ਉਹਨੇ ਮਾਰੇ ਨੇ, ਉਹਨੇ ਨਹੀਂ ਮਾਰੇ, ਤੁਸੀਂ ਆਪ ਮਰੇ ਆਪਣੇ ਆਪ। ਜੇ ਕੋਈ ਸਿੱਖਿਆ ਹੁੰਦਾ ਤਾਂ ਉਹਨਾਂ ਚਰਚਾਂ 'ਚ ਜਾ ਕੇ ਸਮਝਾਇਆ ਹੁੰਦਾ, ਤੁਹਾਡੀ ਇੱਜ਼ਤ ਹੋਣੀ ਸੀ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਉਹ ਥਾਂ ਸੁਹਾਵਾ ਰਾਮ ਰਾਜੇ। ਮੈਂ ਵੀ ਹੈਗਾ ਇੱਥੇ, ਇਹਨਾਂ ਦੇ ਜਾਣਾ ਉੱਥੇ ਆਕਸਫੋਰਡ ਯੂਨੀਵਰਸਿਟੀ 'ਚ, ਚਰਚਾਂ 'ਚ ਜਾਣਾ, ਇਹਨਾਂ ਨੂੰ ਦੱਸਣਾ ਇਹਨਾਂ ਦੀ ਪੈਰਾਬਲ ਦੀ ਐਕਸਪੋਜੀਸ਼ਨ ਕਰਕੇ, ਫਿਰ ਮੂੰਹ ਵੱਲ ਦੇਖਦੇ ਵੀ ਤੂੰ ਯੂ ਨੋ ਬੈਠ ਦੈਨ ਅਸ। ਕਈ ਤਾਂ ਇੱਦਾਂ ਹੈਗੇ ਨਾ, ਚਿੱਕਦੇ ਹੈਗੇ ਨੇ ਵੀ ਇਹ ਸਾਡੀ ਬੇਇੱਜ਼ਤੀ ਕਰ ਦਿੰਦਾ ਹੈਗਾ। ਉਹ ਬੇਇੱਜ਼ਤੀ ਸਮਝਦੇ ਜਦੋਂ ਕਿ ਉਹਨਾਂ ਨੂੰ ਆਉਂਦਾ ਨਹੀਂ, ਤਾਂ ਮੈਂ ਦੱਸ ਦਿੰਦਾ ਵੀ ਆਹ ਮਤਲਬ ਇਹਦਾ ਹੈਗਾ। ਅਤੇ ਉਹ ਕਈ ਇੱਦਾਂ ਹੈਗੇ ਪ੍ਰੋਫੈਸਰ ਜਿਹੜੇ ਨੇ, ਜਿੰਨਾ ਤੁਸੀਂ ਲੈਟਰਸ ਓਲਡ ਵਾਈਨ ਹੈਗੀ, ਜਿੰਨੀ ਤੁਸੀਂ ਓਲਡ ਵਾਈਨ ਨਾਲ ਡਰਿੰਕ ਹੋਵੋਗੇ ਨਾ, ਉਹਨਾਂ ਤੁਸੀਂ ਨਾਮ ਨਾਲ ਹੇਟਰਡ ਕਰੋਗੇ, ਨਫ਼ਰਤ ਕਰੋਗੇ। ਤੋ ਇਸ ਕਰਕੇ ਯੂਨੀਵਰਸਿਟੀ ਦੇ ਪ੍ਰੋਫੈਸਰ ਜਿਹੜੇ ਹੈਗੇ ਨੇ, ਇਹਨਾਂ ਨੇ ਓਲਡ ਵਾਈਨ ਪੀਤੀ ਹੋਏਗੀ। ਅਤੇ ਜਿੱਦਾਂ ਸਤਿਗੁਰੂ ਅਮਰਦੇਵ ਜੀ ਕਹਿੰਦੇ, ਇਹਨਾਂ ਕੋਲ ਬੋਤਲਾਂ ਹੈਗੀਆਂ ਨੇ ਓਲਡ ਵਾਈਨ ਦੀਆਂ। ਕੋਈ ਕਹਿੰਦਾ ਚਰਚ ਹਿਸਟਰੀ ਦੀ ਮੇਰੇ ਕੋਲ ਹੈਗੀ ਓਲਡ ਵਾਈਨ, ਉਹ ਸਟੂਡੈਂਟ ਆਉਂਦੇ ਨੇ ਉਹਨਾਂ ਨੂੰ ਭਰ ਭਰ ਕੇ ਦੇਈ ਜਾਂਦੇ ਨੇ, ਉਹ ਪੀ ਕੇ ਉਹ ਫਿਰ ਅੱਗੇ ਜਾ ਕੇ ਦੱਸਦੇ ਨੇ ਹੋਰ ਵੀ ਉਹ ਫਲਾਨਾ ਪ੍ਰੋਫੈਸਰ ਕਹਿੰਦਾ ਸੀ, ਫਲਾਨਾ ਆ ਕਹਿੰਦਾ ਸੀ। ਪਰ ਅਕਾਲ ਪੁਰਖ ਤੁਹਾਨੂੰ ਦਿੰਦਾ ਨਾਮ ਇੰਡੀਵਿਜੁਅਲ ਨੂੰ, ਇਹ ਜੋ ਤੁਸੀਂ ਕਹਿਣਾ ਉਹ ਕਾਊਂਟ ਕਰਨਾ। ਵਟ ਐਵਰ ਕਮ ਆਊਟ ਆਫ ਯੂਰ ਓਨ ਮਾਊਥ ਦੈਟ ਮੈਟਰਸ। ਦੈਟ ਇਹ ਵੀ ਕ੍ਰਿਸਚੈਨਿਟੀ 'ਚ ਹੈਗਾ ਨਾ, ਵੀ ਜਿਹੜਾ ਤੁਸੀਂ ਬੋਲਦੇ ਆ ਦੈਟ ਕਾਊਂਟਸ। ਅਤੇ ਪੀਟਰ ਜਿਹੜਾ ਸੀਗਾ ਇਹਦਾ ਕ੍ਰਿਸਚੈਨਿਟੀ 'ਚ, ਉਹ ਸਾਰੇ ਮਿਕਸ ਸੀਗੇ ਨਾ, ਇੱਕ ਮਨਮੁੱਖ ਸੀਗਾ ਜੂਡਾ ਅਸਕੈਰੀਓਟ, ਉਹਨੂੰ ਫਿਰ ਉਹਨੇ ਕੱਢ ਦਿੱਤਾ ਸੀ ਬਾਹਰ ਲਾਸਟ ਸਫ਼ਰ 'ਤੇ, ਜਦੋਂ ਉਹਨੇ ਫਿਰ ਮੈਰਿਜ ਆਪਣੀ ਸ਼ੁਰੂ ਕੀਤੀ। ਅਤੇ ਇੱਕ ਸੀਗਾ ਵਿੱਚੋਂ, ਉਹ ਸੀਗਾ ਬੇਮੁੱਖ, ਉਹ ਸੀਗਾ ਪੀਟਰ। ਤਦੇ ਉਹਦਾ ਨਾਂ ਪੀਟਰ ਪਾਇਆ ਸੀ, ਪੀਟਰ ਮੈਨਾ ਪੱਥਰ, ਪੱਥਰ ਦਿਮਾਗ, ਪਰ ਉਹ ਦਿਲ ਦਾ ਸਾਫ਼ ਸੀ, ਸੱਚ ਬੋਲਦਾ ਸੀ, ਪਰ ਉਹਨੂੰ ਸੁਰਤੀ ਨਹੀਂ ਸੀਗੀ ਨਾਮ ਦੀ। ਉਹਦੇ ਨਾਲ ਰਿਹਾ ਜੀਸਸ ਦੇ, ਉਹਦੇ ਸਮਝ ਨਹੀਂ ਸੀ ਪੈਂਦੀ ਪਾਣੀ। ਅਤੇ ਇੱਕ ਵਾਰੀ ਜੀਸਸ ਕਹਿੰਦਾ, ਵਟ ਯੂ ਥਿੰਕ ਪੀਟਰ ਆਈ ਐਮ, ਉਹ ਕਹਿੰਦਾ ਯੂ ਆਰ ਦੀ ਲਿਵਿੰਗ ਕ੍ਰਾਈਸਟ ਆਫ ਲਿਵਿੰਗ ਗੋਡ। ਤਾਂ ਫਿਰ ਜੀਸਸ ਨੇ ਕਿਹਾ, ਇਹ ਜਿਹੜਾ ਤੈਨੂੰ ਦਿੱਤਾ ਇਹ ਤੂੰ ਠੀਕ ਕਿਹਾ ਹੈਗਾ, ਜਿੰਨਾ ਚਿਰ ਮੇਰਾ ਪਿਓ ਨਹੀਂ ਨਾ ਦਿੰਦਾ ਇਹ ਤੈਨੂੰ ਇਲਮ, ਉਹਨਾਂ 'ਚ ਨਹੀਂ ਤੂੰ ਪਾ ਸਕਦਾ। ਉਹ ਜਦੋਂ ਇਹਨੂੰ ਉਹਨੂੰ ਪਤਾ ਲੱਗਾ ਪੀਟਰ ਨੂੰ, ਇਹਦਾ ਖੁਸ਼ ਇਹਦਾ ਨਾਮ ਹੈਗਾ ਇਹ ਤਾਂ ਅਕਾਲ ਪੁਰਖ ਦਾ, ਮੈਨੂੰ ਉਹਨੇ ਦਿੱਤਾ ਹੈਗਾ, ਗੋਡ ਨੇ ਦਿੱਤਾ ਹੈਗਾ, ਉਹ ਫਿਰ ਐਰੋਗੈਂਟ ਹੋ ਗਿਆ। ਫਿਰ ਕਹਿੰਦਾ ਮੈਂ ਹੁਣ ਮੂਰਖ ਦੀ ਆਪਣੀ ਅਕਲ 'ਤੇ ਪਰਾਇਆ ਤਾਂ ਵੱਡਾ ਹੁੰਦਾ ਨਾ, ਉਹਨੂੰ ਫਿਰ ਆਪਣੀ ਅਕਲ ਵੱਡੀ ਆ ਗਈ ਨਜ਼ਰ। ਉਹ ਜੀਸਸ ਕਹਿੰਦਾ ਮੈਂ ਜਾਊਂਗਾ ਉੱਥੇ ਜਰੂਸਲਮ, ਅਤੇ ਮੈਨੂੰ ਉੱਥੇ ਮਾਰਨਗੇ, ਅਤੇ ਮੇਰਾ ਇੱਦਾਂ ਦਾ ਹੋਊਗਾ ਹਾਲ, ਤਾਂ ਕਿ ਜਿਹੜੇ ਉਹਦੇ ਲੇਬਰਰ ਨੇ ਉਹ
ਉਹਨੂੰ ਫਰੈਂਡ ਕਹਿੰਦੇ ਨੇ। ਹੁਣ ਜੀਜ਼ ਕਹਿੰਦਾ ਸੀ ਫਰੈਂਡ, ਦੋਸਤ ਹੈਗੇ ਜਿਹੜੇ ਮੇਰੇ, ਇਹ ਕਿਤੇ ਘਬਰਾਉਣ ਨਾ। ਅਤੇ ਪੀਟਰ ਕਹਿੰਦਾ ਤੂੰ ਮਰਦਿਆਂ ਨੂੰ ਜਿਉਂਦਾ ਕਰਦਾ ਅਤੇ ਤੂੰ ਕਿਵੇਂ ਮਰੇਗਾ। ਉਹ ਫਿਰ ਪੀਟਰ ਨੂੰ ਕਹਿੰਦਾ ਵੀ ਤੈਨੂੰ ਪਤਾ ਨਹੀਂ ਵੀ ਜਿਹੜਾ ਆਦਮੀ ਜੰਮਿਆ ਮਰਦਾ ਵੀ ਹੈਗਾ। ਫਿਰ ਉਹਨੂੰ ਝਾੜਿਆ ਪੀਟਰ ਨੂੰ ਵੀ ਉਹਨੂੰ, ਉਹ ਪੀਟਰ ਜਿਹੜਾ ਸੀ ਜੀਜ਼ ਨੂੰ ਝਾੜਨ ਲੱਗ ਪਿਆ ਵੀ ਤੂੰ ਕੌਣ ਇੱਦਾਂ ਦਾ, ਕਿੰਨਾ ਕਿੰਨਾ ਪਾਗਲ ਹੋ ਗਿਆ ਤੂੰ। ਫਿਰ ਪੀਟਰ ਉਹਨੂੰ, ਜੀਜ਼ ਨੇ ਪੀਟਰ ਨੂੰ ਝਾੜਿਆ ਵੀ ਤੈਨੂੰ ਪਤਾ ਨਹੀਂ ਵੀ ਜਿਹੜਾ ਪੈਦਾ ਹੁੰਦਾ ਮਰਦਾ ਵੀ ਹੈਗਾ। ਉਹ ਸੀਗਾ ਅਕੀਜਾ। ਪਰ ਜਦੋਂ ਜੀਜ਼ ਨੇ ਉਹਨਾਂ ਸਾਰਿਆਂ ਨੂੰ ਵੇਜ ਦਿੱਤੇ, ਉਹਨੇ ਇੰਪਲੋਏ ਕੀਤਾ ਨਾ ਲੇਬਰਰ ਇਨ ਦੀ ਵਿਨਯਾਰਡ ਆਫ ਆਵਰ ਫਾਦਰ, ਜਦੋਂ ਉਹਨੇ ਫਿਰ ਵੇਜ ਦਿੱਤੇ ਨਾ ਉਹਨਾਂ ਨੂੰ ਆਪਣੇ ਪੈਂਟੇਕੋਸਟ 'ਤੇ, ਉਦੋਂ ਉਹ ਹੋਲੀ ਸਪਿਰਿਟ ਦਿੱਤੀ, ਦੀ ਵੈਰੀ ਸਪਿਰਿਟ ਆਫ ਗੋਡ ਪੀਟਰ ਨੂੰ ਵੀ ਮਿਲੀ। ਜਦੋਂ ਪੀਟਰ ਨੂੰ ਮਿਲੀ ਹੋਲੀ ਸਪਿਰਿਟ, ਪਹਿਲਾਂ ਉਹਨੂੰ ਆਦਮੀ ਦੀ ਸੁਰਤ ਨਹੀਂ ਸੀਗੀ, ਉਹਨੂੰ ਇਕਦਮ ਅਕਾਲ ਪੁਰਖ ਦੀ ਸੁਰਤ ਮਿਲ ਗਈ। ਜਦੋਂ ਉਹ ਸੁਰਤ ਮਿਲ ਗਈ ਤਾਂ ਫਿਰ ਉਹ ਲੱਗਾ ਪ੍ਰਚਾਰ ਕਰਨ, ਉਹਦੇ ਸ਼ੁਰੂ ਕਰ ਦਿੱਤਾ ਪ੍ਰਚਾਰ। ਪਹਿਲਾਂ ਮੂੰਹ ਬੰਦ ਕਰਕੇ ਰੱਖਦਾ ਸੀ ਕਿ ਪਤਾ ਨਹੀਂ ਸੀ ਵੀ ਕੀ ਕਹਿਣਾ ਹੈਗਾ। ਅਤੇ ਇੱਦਾਂ ਸੀਗਾ ਵੀ ਉਹ ਫਿਰ ਪ੍ਰਚਾਰ ਕੀਤਾ ਸੀ, ਯਾਨੀ ਕਿ ਜੀਜ਼ ਦੇ ਜਿਹੜੇ ਸਾਧਵੀ ਸੀਗੇ ਵਿੱਚ ਮਨਮੁੱਖ ਵੀ ਸੀਗੇ ਵਿੱਚ ਬੇਮੁੱਖ ਵੀ ਸੀਗੇ ਅਤੇ ਬਾਕੀ ਗੁਰਮੁੱਖ ਵੀ ਸੀਗੇ। ਜਿਹੜਾ ਬੇਮੁੱਖ ਹੁੰਦਾ ਨਾ ਆਦਮੀ ਉਹ ਨੁਕਸਾਨਦੇਹ ਹੁੰਦਾ ਉਹਨੂੰ, ਉਹਨੂੰ ਜਿਹੜਾ ਨਾ ਮਨਮੁੱਖ ਉਹ ਹੱਥ 'ਚ ਲੈ ਲੈਂਦਾ। ਮਨਮੁੱਖ ਉਹਨੂੰ ਮਿੱਠੀਆਂ ਮਿੱਠੀਆਂ ਸੁਣਾ ਕੇ ਨਾ ਗੱਲਾਂ, ਬੇਮੁੱਖ ਨੂੰ ਹੱਥ 'ਚ ਲੈ ਲੈਂਦਾ, ਉਹ ਫਿਰ ਗੁਰਮੁਖਾਂ ਨੂੰ ਤੰਗ ਕਰਦੇ ਨੇ। ਅਤੇ ਪਰ ਜੇ ਗੁਰਮੁਖ ਦਾ ਕਾਬਜ ਹੋਵੇ ਨਾ ਉੱਥੇ ਆਪਣੇ ਗੁਰਦੁਆਰੇ ਜਾਂ ਹੋਰ ਕਿਤੇ ਵੀ, ਫਿਰ ਉਹ ਮਨਮੁੱਖ ਦੀ ਨਹੀਂ ਚੱਲਣ ਦਿੰਦੇ। ਪਰ ਗੁਰਦੁਆਰਾ ਸਾਰਿਆਂ ਲਈ ਖੁੱਲ੍ਹਾ ਹੈਗਾ, ਕਿਸੇ ਨੂੰ ਰੋਕ ਨਹੀਂ ਸਕਦੇ। ਇਸ ਕਰਕੇ ਜਿਹੜਾ ਨਾਮ ਹੈਗਾ ਨਾ ਇਹ ਤੁਹਾਨੂੰ ਆਪ ਨੂੰ ਮਿਲਦਾ ਹੈਗਾ ਅਤੇ ਤੁਸੀਂ ਆਪ ਨੂੰ, ਆਪ ਤੁਸੀਂ ਜਿੰਨਾ ਕੁ ਹੋ ਸਕੇ ਲੋਕਾਂ ਨੂੰ ਦੱਸੋ। ਪਰ ਤੁਸੀਂ ਮਨਮੁੱਖ ਨੂੰ ਨਹੀਂ, ਮਨਮੁੱਖ ਜਿਹੜਾ ਨਾ ਉਹਨੂੰ ਨਹੀਂ ਤੁਸੀਂ ਹਰਾ ਸਕਦੇ। ਮਨਮੁੱਖ ਜਿਹੜਾ ਨਾ ਉਹ ਚਤਰ ਚਲਾਕ ਹੈਗਾ, ਉਹ ਆਪਣੀ ਚਤਰਾਈ ਨੂੰ ਨਹੀਂ ਬਾਜ਼ ਆਉਂਦਾ। ਅਤੇ ਤੁਸੀਂ ਗੁਰਮੁਖ ਹੈਗੇ, ਗੁਰਮੁਖ ਚੰਦਾ ਸਹਿਜ ਸੁਭਾਏ, ਉਹਦੇ ਕੋਈ ਚਤਰ ਚਲਾਕੀ ਨਹੀਂ ਹੈਗੀ। ਅਤੇ ਉਹ ਫਿਰ ਚੁੱਪ ਕਰ ਜਾਂਦਾ ਹੈਗਾ। ਜਿੱਦਾਂ ਗੁਰਦੁਆਰੇ 'ਚ ਹੁੰਦੇ ਨੇ ਜਿਹੜੇ ਗੁਰਮੁਖ ਹੈਗੇ ਨੇ, ਉਹ ਨਹੀਂ ਭਾਗ ਲੈਂਦੇ। ਜਿਹੜੇ ਉੱਥੇ ਪ੍ਰੈਜੀਡੈਂਟ ਬਣਦੇ ਨਾ ਗੁਰਦੁਆਰਿਆਂ 'ਚ, ਉਹ ਚਤਰ ਚਲਾਕ ਮਨਮੁੱਖ ਬਣਦੇ ਨੇ। ਉਹ ਮਨਮੁੱਖ ਜਿਹੜੇ ਨੇ ਉਹ ਫਿਰ ਜਿਹੜੇ ਬੇਮੁੱਖ ਹੁੰਦੇ ਨਾ ਉਹਨਾਂ ਨੂੰ ਫਿਰ ਹੱਥ 'ਚ ਲੈ ਲੈਂਦੇ ਨੇ। ਅਤੇ ਤਦੇ ਜਦੋਂ ਸਿੱਖ ਕੌਮ ਦਾ ਪ੍ਰਚਾਰ ਕਰਦੇ ਨਾ ਉੱਥੇ ਗੁਰਦੁਆਰੇ 'ਚ, ਉਦੋਂ ਜਿਹੜੇ ਬੇਮੁੱਖ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਮੇਰੀ ਕੌਮ ਦੇ ਜਿਹੜੀ ਜੱਟ ਸੀਗੀ ਉਹ ਤਾਂ ਹਟਾ ਦਿੱਤੀ ਇਹਨੇ, ਇਹਨੇ ਨਵੀਂ ਕੌਮ ਸਿੱਖ ਬਣਾ ਤੀ। ਉੱਪਰ ਕੌਮ ਵੀ ਕਦੀ ਬਦਲੀ, ਯਾਨੀ ਕਿ ਖੁਦ ਹਰਾਮੀ ਬਣਦਾ ਲੋਕ ਜਿਹੜਾ ਆਪਣੀ ਕੌਮ ਬਦਲੇ, ਉਹ ਹਰਾਮੀ ਬਣਾ ਕੇ ਚਲੇ ਜਾਂਦਾ ਹੈਗਾ। ਅਤੇ ਉਹ ਬੇਮੁੱਖਾਂ ਨੂੰ ਪਤਾ ਨਹੀਂ, ਜੇ ਕੋਈ ਗੁਰਮੁਖ ਕਹਿੰਦਾ ਹੈਗਾ ਵੀ ਇਹ ਤਾਂ ਤੁਹਾਨੂੰ ਹਰਾਮੀ ਬਣਾ ਗਿਆ, ਕਹਿੰਦਾ ਉਹ ਨਹੀਂ ਨਹੀਂ ਇੰਨਾ ਮਸ਼ਹੂਰ ਹੈਗਾ, ਉਹ ਫਲਾਨੀ ਜਗ੍ਹਾ ਕੀਤਾ, ਫਲਾਨੀ ਜਗ੍ਹਾ ਲੈਕਚਰ ਕੀਤਾ, ਇੰਨੇ ਸੌ ਆਦਮੀ ਉੱਥੇ ਇਕੱਠੇ ਸੀਗੇ, ਅਤੇ ਤੂੰ ਕੌਣ ਹੈਗਾ ਦੱਸਣ ਵਾਲਾ। ਅਤੇ ਗੁਰਮੁਖ ਜਿਹੜਾ ਹੁੰਦਾ ਕੋਟਨ ਮੇ ਏਕ ਹੁੰਦਾ, ਕੋਟਨ ਮੇ ਏਕ, ਜੇ ਆਪੇ ਤੁਸੀਂ ਲਾ ਲਓ। ਮਨਮੁੱਖ ਜਿਹੜਾ ਹੈਗਾ ਉਹ ਪੈਸਾ ਹੁੰਦਾ, ਜਿਹੜਾ ਆਦਮੀ ਪੈਸਾ ਚੱਕਦਾ ਨਾ ਜਦੋਂ ਪ੍ਰਚਾਰ ਕਰਦਾ ਉਹ ਮਨਮੁੱਖ ਹੈਗਾ, ਉਹਦੇ ਤੋਂ ਬਚ ਕੇ ਰਹੋ।